ਅੱਜ ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਅੰਮ੍ਰਿਤਸਰ ਪੁਲਿਸ ਦੁਆਰਾ ਇਲਾਕਾ ਜੰਡਿਆਲਾ ਗੁਰੂ ਵਿੱਚ ਜਿੱਥੇ ਕਿ ਹਰਮੀਤ ਸਿੰਘ ਦੁਆਰਾ HB ਗਨ ਹਾਊਸ ਖੋਲ੍ਹਿਆ ਗਿਆ ਸੀ ਜਿਸ ਵਿੱਚ ਹਰਮੀਤ ਸਿੰਘ ਚੋਣਾਂ ਦੇ ਨਜ਼ਦੀਕ ਆਉਂਦੇ ਹੀ 3 ਸਾਲ ਤੋਂ ਲਾਇਸੈਂਸੀ ਹਥਿਆਰ ਜਮ੍ਹਾਂ ਕਰਦਾ ਸੀ ਪਰ ਇਸ ਵਾਰ ਲੋਕ ਸਭਾ ਚੋਣਾਂ ਦੇ ਬਾਅਦ ਤੱਕ ਵੀ ਲੋਕਾਂ ਨੇ ਆਪਣੇ ਹਥਿਆਰ ਵਾਪਸ ਨਹੀਂ ਲਏ ਅਤੇ ਜਦਕਿ ਦੋਸ਼ੀ ਵਿਕਰਮਜੀਤ ਸਿੰਘ ਅਤੇ ਉਸਦੇ ਸਾਥੀਆਂ ਦੁਆਰਾ ਦੁਕਾਨ ਵਿੱਚ ਦਾਖਲ ਹੋ ਕੇ 9 ਪਿਸਟਲ ਅਤੇ 34 ਰਿਵਾਲਵਰ ਅਤੇ 32 ਜ਼ਿੰਦਾ ਕਾਰਤੂਸ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬੰਧੀ ਅੰਮ੍ਰਿਤਸਰ ਦੇ IG SPS ਪਰਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਕਰਮਜੀਤ ਕੋਲੋਂ 44 ਹਥਿਆਰ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਂਡ ਕੁਛ ਲੀਡ ਸਾਡੇ ਕੋਲ ਆਈਆਂ ਸੀਗੀਆਂ ਉਹਨਾਂ 'ਤੇ ਕੰਸਿਸਟੈਂਟਲੀ ਕੰਮ ਕਰਦਿਆਂ ਕਰਦਿਆਂ ਇੱਕ ਅਸੀਂ ਜਿਹੜਾ ਕ੍ਰਿਮੀਨਲ ਹੈ ਇਹਨੂੰ ਫੜਿਆ ਹੈਗਾ ਵਿਕਰਮਜੀਤ ਸਿੰਘ ਇਜ਼ ਅ ਸਟੂਡੈਂਟ ਆਫ ITI ਬਿਲੋਂਗਸ ਟੂ ਸਿਟੀ ਕਲਦਾਨ ਅਤੇ ਇਹਦੇ ਨਾਲ 3 ਹੋਰ ਸਾਥੀ ਨੇ ਸਟਿਲ ਐਟ ਲਾਰਜ ਉਹਨਾਂ ਦੇ ਹਾਲੇ ਨਾਮ ਇਹਨਾਂ ਤੋਂ ਇਹ ਜਿਹੜੇ ਵੈਪਨ 44 ਵੈਪਨ ਜਿਹੜੇ ਛੋਟੇ ਆ ਉਹ ਰਿਕਵਰ ਹੋ ਗਏ ਨੇ ਅਤੇ ਪੂਰੇ ਦੇ ਪੂਰੇ ਵੈਪਨ ਰਿਕਵਰ ਹੋ ਗਏ ਨੇ ਦਰ ਇਸ ਸਮੇਂ ਨੋਰਮਲੀ ਇਨ ਦਾ ਰਜਿਸਟਰ ਐਂਡ ਆਲ ਦੈਟ ਜਿਹੜੇ ਪਹਿਲਾਂ ਸਟਾਰਟ ਗਿਆ ਸੀ ਉਹ ਸਟਾਰਟ ਨਹੀਂ ਸੀਗੇ ਕਿਉਂਕਿ ਉਹ ਰਿਕਾਰਡ ਪੂਰੀ ਤਰ੍ਹਾਂ ਪ੍ਰੋਪਰ ਮੇਨਟੇਨ ਹੈ ਔਰ ਜਿੰਨੇ ਵੀ ਰਿਕਾਰਡ ਸਾਰੇ ਵੈਪਨ ਹੈਗੇ ਅਸੀਂ ਸਾਰੇ ਰਿਕਵਰ ਕਰ ਲਏ ਹੈਗੇ ਆ ਡਿਫਰੈਂਟ ਟੀਮਸ ਲੈਡ ਬਾਈ ਦੀਸ 3 ਆਫਿਸਰ SSP ਤਾਂਤਾਨ SSP ਅੰਮ੍ਰਿਤਸਰ ਰੂਰਲ ਐਂਡ ਆਰ ਕਾਊਂਟਰ ਇੰਟੈਲੀਜੈਂਸ ਦੇ ਵਰਕ ਟੁਗੈਦਰ ਅਤੇ ਆਹ ਗੱਲ ਤਾਂ ਤੁਹਾਡੇ ਸਾਹਮਣੇ ਆ ਕਿ ਨਿਊਟਲਾਈਜ਼ ਕਰ ਦਿੱਤਾ ਕਰਕੇ ਥਰੈਟ ਨੂੰ ਇਹ ਅਗਰ ਵੈਪਨ ਕਿਸੇ ਗੈਂਗਸਟਰ ਜਾਂ ਕਿਸੇ ਹੋਰ ਐਂਟੀਨੈਸ਼ਨਲ ਆਰਮੀ ਦੇ ਹੱਥ ਚਲੇ ਜਾਂਦੇ ਆ ਤਾਂ ਸਬਸੀਕੁਐਂਟ ਜਿਹੜੇ ਆ ਉਹ ਡੈਮੇਜ ਬਹੁਤ ਜ਼ਿਆਦਾ ਹੋ ਸਕਦਾ ਸੀਗਾ ਸੋ ਵੀ ਬੰਦਾ ਵੀ ਐਪਰੀਹੈਂਸਿਵ ਟੂ ਵੀ ਅਰੈਸਟ ਐਂਡ ਅਰਲੀਸਟ ਪੋਸੀਬਲ ਇਹਨਾਂ ਦਾ ਕੋਈ ਕ੍ਰਿਮੀਨਲ ਜਿਹੜੀ ਪੁਰਾਣੀ ਬੈਕਗਰਾਊਂਡ ਕੋਈ ਜ਼ਿਆਦਾ ਨਹੀਂ ਹੈ ਇਹ ਆਪਣੇ ਕੰਮ ਕੁੰਮ ਕਰਦੇ ਨੇ 2 ਬੰਦੇ ਹੋਰ ਨੇ ਉਹ ਵੀ ਮਕੈਨਿਕਸ ਹੈਗੇ ਨੇ ਇਹ ਹੁੰਦਾ ITI ਦੇ ਵਿੱਚ ਹੈਗਾ ਅਤੇ ਇਹਨਾਂ ਨੇ ਇੱਕ ਪਲਾਨ ਪਲੂਨ ਬਣਾਈ ਇਹਨਾਂ ਦੇ ਦਿਮਾਗ 'ਚ ਆ ਕਿ ਈਜ਼ੀ ਟਾਰਗੇਟ ਆਏ ਯੂਟੀਲਾਈਜ਼ ਕਰੀਏ ਇਸ ਓਪਰਚੁਨਿਟੀ ਦਿਸ ਮੋਡਿਊਲ ਹੈਜ਼ ਬੀਨ ਨਿਊਟਰਲਾਈਜ਼ਡ ਚਾਰਾਂ ਬੰਦਿਆਂ ਜਿਹੜੀ ਕੋਸਪੀਰੇਸੀ ਸੀਗੀ ਕੈਂਪ ਸਾਰੇ ਰਿਕਵਰ ਹੋ ਗਏ ਆ ਇੱਕ ਬੰਦਾ ਫੜ ਲਿਆ 3 ਬੰਦੇ ਹੋਰ ਨੋਮੀਨੇਟ ਹੋ ਗਏ ਆ ਅਤੇ ਮੈਂ ਇਹਨਾਂ ਸਾਰੇ ਟੀਮ ਜਿਹਨਾਂ ਨੇ ਉਹ ਨੈਟ ਫਰੋਮ ਦਾ ਫਰੰਟ ਵੀ ਦੱਸ ਦਿੱਤਾ ਤਾਂ ਅਸੀਂ ਸਭ ਦਾ ਰੂਲ ਹੈ ਬਾਹਰ ਹੀ ਹੈ ਜੀ ਕੌਣ ਹੈ ਚੱਲ ਰਿਹਾ ਸਰ ਇਹਨਾਂ ਦੇ ਜਿਹੜੇ ਨਾਮ ਕੀ ਜਿਹੜੇ ਨਾਲੇ ਦੇ ਕੰਮ ਕਰਦੇ ਤੇ ਆਪਸ ਦੇ ਕਨੈਕਸ਼ਨ ਕੀ ਕਿੰਨੇ ਜਣੇ ਹੈਗੇ ਜੀ ਟੋਟਲ 4 ਬੰਦੇ ਨੇ ਟੋਟਲ ਇੱਕ ਵਿਕਰਮਜੀਤ ਸਿੰਘ ਨੇ ਸੀ ਫੜ ਲਿਆ ਬਟ ਜਸਟ ਫਾਰ ਓਬੀਅਸ ਇਨਵੈਸਟੀਗੇਸ਼ਨ ਰੀਜ਼ਨਸ ਕੋਲ ਬਾਕੀਆਂ ਤਿੰਨਾਂ ਦਾ ਅਸੀਂ ਨਾਂ ਨਹੀਂ ਦੱਸ ਰਹੇ ਕਿਉਂਕਿ ਅਦਰਵਾਈਜ਼ ਫਿਰ ਉਹਨਾਂ ਮੁਸ਼ਕਿਲ ਹੋ ਸਹੀ ਪੁਲਿਸ ਨੂੰ ਇਹ ਤੇ ਸ਼ੱਕ ਕਿਵੇਂ ਆਇਆ ਇਸ ਬੰਦੇ ਲੜਕੇ ਦੇ ਸ਼ੱਕ ਕਿਵੇਂ ਆਇਆ ਇਹ ਆਪਰੇਸ਼ਨ ਡਿਟੇਲ ਅਸੀਂ ਇਸ ਕਰਕੇ ਨਹੀਂ ਸ਼ੇਅਰ ਕਰਦੇ ਕਿ ਇੱਕ ਵਾਰ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਉਹ ਮੀਡੀਆ ਚਾਹੀਦੀ ਉਹ ਫੜਨ ਦੇ ਗਾਂ ਦੀ ਬਾਹਰੋਂ ਨਵਾਂ ਤਕਨੀਕ ਨੂੰ ਅਪਣਾ ਲੈਂਦੇ ਨੇ ਸੋ ਇਸ ਕਰਕੇ ਆਪਰੇਸ਼ਨ ਡਿਟੇਲ 'ਚ ਨਾ ਜਾਈਏ ਇਹਨਾਂ ਨੂੰ ਕਿਵੇਂ ਫੜ ਲਿਆ ਸਰ ਰਿਕਵਰੀ ਕਿੱਥੋਂ ਕੀਤੀ ਕਿਸ ਜਗ੍ਹਾ ਤੋਂ ਕੀਤੀ ਰਿਕਵਰੀ ਇਹਨਾਂ ਦੀ ਇਹ ਤਾਂ ਤਾਂ ਦੇ ਰਿਕਵਰੀ ਕੀਤੀ ਬੇਸਿਕਲੀ ਟੈਂਪਟੇਸ਼ਨ ਬਿਕੋਜ਼ ਅਲਟੀਮੇਟਲੀ ਬਹੁਤ ਐਕਸਪੈਂਸਿਵ ਵੈਪਨ ਨੇ ਉਹ ਲੋਕਾਂ ਨੇ ਜਿਹੜੇ ਜਮ੍ਹਾਂ ਕਰਾਏ ਸੀ ਇਲੈਕਸ਼ਨ ਦੇ ਵਿੱਚ ਅਤੇ 5-7 ਲੱਖ ਰੁਪਏ ਦੇ ਵੀ ਵੈਪਨ ਹੈਗੇ ਆ ਦੇਖੋ ਮੈਂ ਡਿਸਪੋਜ ਪਰਸਪੈਕਟਿਵ ਬਾਇਰ ਇਹੀ ਮੋਟਿਵ ਅਲਟੀਮੇਟਲੀ ਮੋਟਿਵ ਦੇ ਇਕਨੋਮਿਕ ਹੀ ਹੁੰਦਾ IG ਸਾਹਿਬ ਨੇ ਜੰਡਿਆਲੇ ਨੂੰ ਕਿਉਂ ਚੁਣਿਆ ਉਹ ਇਸ ਤਰ੍ਹਾਂ ਹੈ ਕਿ ਜਿੱਥੇ ਵੀ ਬੰਦਾ ਰਹਿੰਦਾ ਹੋਵੇ ਨੇੜੇ ਤੇੜੇ ਕੋਸ਼ਿਸ਼ ਕਰਦਾ ਸਮਾਰਟ ਬਣਨ ਦੀ ਇੱਕ ਅੱਧਾ ਟਾਊਨ ਛੱਡ ਕੇ ਅਤੇ ਜਾਂ ਜਿੱਥੇ ਉਹਨੂੰ ਲੱਗਦਾ ਹੋਵੇ ਉੱਥੇ ਮੇਰੇ ਚਾਂਸਿਸ ਸਕਸੈਸ ਦੇ ਜ਼ਿਆਦਾ ਨੇ ਤੋ ਕ੍ਰਿਮੀਨਲ ਵਿਲ ਆਲਵੇਜ਼ ਨੋ ਦਾ ਪ੍ਰਾਊਡ ਟੂ ਫਾਈਂਡ ਆਊਟ ਏ ਸੌਫਟ ਆਰ ਇਹਨਾਂ ਨੂੰ ਸੌਖਾ ਲੱਗਾ ਜਿੱਥੇ ਕਰ ਸਾਹਿਬ ਜਦੋਂ ਗੰਨ ਆਫ ਦੀ ਪਰਮਿਸ਼ਨ ਮਿਲਦੀ ਉਦੋਂ ਇਹ ਹੁੰਦਾ ਵੀ ਚਾਰਜ ਫਿਰ ਕਵਰ ਹੋਣਾ ਚਾਹੀਦਾ ਵਾ ਸੋ ਇਹ ਤੇ ਇੱਕ ਸਾਈਡ ਤੋਂ ਖਾਲੀ ਹੁੰਦਾ ਫਿਰ ਪਰਮਿਸ਼ਨ ਕਿੱਦਾਂ ਮਿਲ ਗਈ ਜੀ ਵੈਰੀਫਿਕੇਸ਼ਨ ਕਿੱਦਾਂ ਕੀ ਇਹਦੇ ਅਗੇਂਸਟ ਨਾਲੇ ਹੁਣ ਕੀ ਕਰਵਾਈ ਹੋ ਸਕਦੀ ਹੈ ਪਾਰਟ ਆਫ ਇਨਵੈਸਟੀਗੇਸ਼ਨ ਐਸ ਐਸ ਸਾਹਿਬ ਉਹ ਦੇਖਣਗੇ ਕਿ ਇਹਨੂੰ ਕਿੱਦਾਂ ਮਿਲੀ ਆ ਕਿਉਂ ਮਿਲੀ ਆ ਸੇਫਟੀ ਮਿਲੀ ਉੱਥੇ ਪੂਰੇ ਕਵਰੇਜ ਲੈ ਗਏ ਗੰਦ ਕੱਚੀ ਕਿਉਂ ਸੀ ਕਿੱਦਾਂ ਹੋ ਗਿਆ ਕਿੱਦਾਂ ਯਾਰ ਵੀ ਕਿਸੇ ਸਰ ਸਟਾਰਟ ਵੈਪਨ ਕਿਉਂ ਦੇ ਨੇ ਕਿ ਮੇਰੇ ਸਟਾਰਟ ਵੈਪਨ ਚੋਰੀ ਹੋਏ ਨਹੀਂ ਉਹ ਇਸ ਤਰ੍ਹਾਂ ਹੈ ਕਿ ਜਦੋਂ ਰਿਕਾਰਡ ਚੈੱਕ ਕਰਦੇ ਨਾ ਕਈ ਵਾਰ ਇਹ ਹੁੰਦਾ ਕਿ ਪੂਰਾ ਰਿਕਾਰਡ 'ਤੇ ਨਹੀਂ ਮੈਨਸ਼ਨ ਕੀਤਾ ਜਾਂ ਦੂਸਰੇ ਰਜਿਸਟਰ 'ਚ ਮੈਨਸ਼ਨ ਕੀਤਾ ਜਾਂ ਉਹ ਬੰਦਾ ਅਵੇਅਰ ਹੀ ਨਹੀਂ ਸੀਗਾ ਕਿ ਜਦੋਂ ਆਪਾਂ ਕ੍ਰੈਡਿਟ ਅਤੇ ਡੈਬਿਟ ਨੂੰ ਬੈਲੈਂਸ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਨਾ ਅਲਟੀਮੇਟਲੀ ਕੀ ਹੈਗਾ ਇਹਦੇ ਕਰੰਟ ਵਿੱਚ ਅਤੇ ਸਰ ਇਕੱਲੇ ਇਸੇ ਕੋਈ ਫੜੇ ਗਏ ਇੱਕੋ ਜਗ੍ਹਾ ਤੋਂ ਕਿ ਇਹ ਇੱਕੋ ਜਗ੍ਹਾ ਤੋਂ ਫੜੇ ਗਏ ਸਹੀ ਮੁੱਢਲੀ ਪੁੱਛਗਿੱਛ ਦੇ ਵਿੱਚ ਕੀ ਸਾਹਮਣੇ ਆਇਆ ਕਿ ਕੀ ਕਾਰਨ ਕੀ ਰਿਹਾ ਤੁਹਾਨੂੰ ਸਾਰਾ ਮੈਂ ਦੱਸ ਦਿੱਤਾ ਕਿ ਚਾਰਾਂ ਦਾ ਅੰਜਾਮ ਕਿਸੇ ਸਰ ਕਿਤੇ ਹੋਰ ਇਹਨਾਂ ਲਿੰਕ ਨਹੀਂ ਗੈਂਗਸਟਰ ਵਗੈਰਾ ਨਾਲ ਗੈਂਗਸਟਰ ਤਾਂ ਇਹਨਾਂ ਦਾ ਕੋਈ ਇਹੋ ਜਿਹਾ ਲਿੰਕ ਨਹੀਂ ਜੇ ਗੈਂਗਸਟਰ ਨਾਲ ਲਿੰਕ ਹੁੰਦਾ ਹੁਣ ਤਾਂ ਇਹ ਡਿਸਪੋਜ਼ ਆਫ ਹੋ ਜਾਣੇ ਸੀਗੇ
ਇਹਨਾਂ ਦਾ ਕੀ ਮੁੱਖ ਮੁੱਦਾ ਕੀ ਜਿੱਕੇ ਕਾਹਦੇ ਵਾਸਤੇ ਯੂਜ਼ ਕਰਦੇ ਸੀ? ਮੁੱਦਾ ਤਾਂ ਨੈਚੁਰਲ ਹੈ ਕਿ ਇਹਨਾਂ ਨੇ ਇਹ ਚੱਕਿਆ ਸੋ ਦੈਟ ਦੇ ਕੈਨ ਡਿਸਪੋਜ਼ ਇਟ ਆਫ ਐਟ ਏ ਸਰ ਜਿਨ੍ਹਾਂ ਦੇ ਵੈਪਨ ਹੋਣਾ ਤੁਸੀਂ ਰਿਕਵਰ ਕਰ ਲਏ ਨੇ ਜੀ, ਇਹਨਾਂ ਜਦੋਂ ਲੈਣਾ ਹੋਣਗੇ ਇਹਨਾਂ ਕੋਈ ਸੱਚ ਕਾਫ ਕਰਨਾ ਉੱਥੇ ਨੈਚੁਰਲ ਹੈ ਕਿ ਇਹ ਹੁਣ ਇਸ ਪ੍ਰੋਪਰਟੀ ਹੈਗੀ ਹੈ ਵੀ ਕੈਨ ਟੇਕ ਦਾ ਅਪਰੂਵਲ ਆਫ ਦਾ ਜੁਡੀਸ਼ਰੀ ਔਨ ਦਿਸ ਕਿ ਸੁਪਰਦਾਰੀ ਦੇ ਦਿੰਦੇ ਨੇ ਜਿੱਦਾਂ ਗੱਡੀ ਦਾ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਕੋਰਟ ਵਾਲੇ ਸਰ ਇਹ ਜਿਹੜਾ ਵਿਕਰਮ ਸੀਗਾ ਇਹ ਕਦੀ ਨਡਿਆਲੇ ਇਸ ਜਗ੍ਹਾ 'ਤੇ ਆਇਆ ਸੀ? ਇਹਨਾਂ ਦੀ ਗੱਲ ਉੱਥੇ ਕਦੀ ਦੇਖੋ ਕਦੀ ਰੈਕੀ ਤੋਂ ਬਿਨਾਂ ਕੋਈ ਕੰਮ ਨਹੀਂ ਆਉਂਦਾ। ਇਹਨਾਂ ਨੇ ਪਹਿਲਾਂ ਹਫ਼ਤਾ ਦਸ ਦਿਨਾਂ ਪੂਰੀ ਰੈਕੀ ਕੀਤੀ, ਜ਼ੀਰੋ ਡਾਊਨ ਕੀਤਾ ਇਸ ਜਗ੍ਹਾ ਦੇ ਉੱਤੇ, ਫਿਰ ਆ ਕੇ ਇਹਨਾਂ ਨੇ ਸਰ ਅਗਲੀ ਕਾਰਵਾਈ ਕੀ ਕਰ ਰਹੇ? ਅਸੀਂ ਕਾਰਵਾਈ ਨੂੰ ਬੰਦਾ ਤਾਂ ਫੜ ਲਿਆ, ਬਾਕੀ ਤੇਰੇ ਬੰਦੇ ਉਹ ਵੀ ਫੜਾਂਗੇ। ਕਿੰਨੀ ਦੇਰ ਤੱਕ ਤਾਂ ਆਸ ਹੈ ਜੀ? ਟਾਈਮ ਲਿਮਿਟ ਦਾ ਹੁੰਦਾ ਨਹੀਂ, ਤੁਸੀਂ ਕੱਲ੍ਹ ਵੀ ਪੁੱਛ ਰਹੇ ਸੀ ਕਿੰਨੇ ਘੰਟੇ ਫੜਨਗੇ। ਫੋਰਚੂਨੇਟਲੀ ਟੀਮ ਵਰਕ ਵੈਰੀ ਹਾਰਡ, ਸਾਡੇ ਆਫਸਰ ਦੇ ਛੋਟੇ ਨਹੀਂ ਹੈਗੇ ਸਰ। ਕੱਲ੍ਹ ਮਤਲਬ ਵੈਸੇ ਪੁੱਛਿਆ ਤਾਂ ਉਸ ਹਿਸਾਬ ਨਾਲ ਤੁਸੀਂ 12 ਘੰਟਾ 'ਚ ਫੜ ਲਿਆ ਜੀ ਤਕਰੀਬਨ? ਉਹ ਫੋਰਚੂਨੇਟਲੀ ਫੜ ਲਿਆ ਨਾ, ਪੁੱਡੇ ਕੰਮ 'ਤੇ ਲੱਗੇ ਰਹੇ, ਤਾਂ ਹੀ ਅੱਜ ਪੁੱਛਿਆ, ਦੁਬਾਰਾ ਹੁਣ ਵੀ ਕੱਲ੍ਹ ਤੱਕ ਫੜ ਦੋਗੇ? ਇਹਨਾਂ ਤੇ ਹਰ ਕਾਹਤੇ ਖੜੇ ਜੀ, ਕਿਹੜੇ ਕਨਵੈਂਸ ਕੀ ਵਰਤੀ ਇਹਨਾਂ ਨੇ? ਉਹ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੈਗਾ ਕਿ ਉਹ ਮੋਟਰਸਾਈਕਲਾਂ 'ਤੇ ਆਏ ਸੀ।